ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪਸ ਤੁਸੀਂ ਸਾਰੇ ਨੇ ਵਧੀਆ ਹੋਵੋਗੇ। ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਵੀਰਪਾਲ ਕਾਕੇ ਟੀਮ 'ਤੇ। ਅਤੇ ਸਾਰਿਆਂ ਦੀ ਬਹੁਤ ਜ਼ਿਆਦਾ ਮਤਲਬ ਮੈਨੂੰ ਮੈਸੇਜ ਆਈ ਜਾਂਦੇ ਸੀ, ਕਿਉਂਕਿ ਮੈਂ ਕੱਲ੍ਹ ਜਿਹੜਾ ਹੈਗਾ ਸੂਟ ਕਲੈਕਸ਼ਨ ਵਲੋਗ ਨਹੀਂ ਸੀ ਪਾਇਆ, ਬਟ ਸਾਰਿਆਂ ਦੇ ਮੈਸੇਜ ਆਈ ਜਾਂਦੇ ਸੀ ਵੀ ਤੁਸੀਂ ਨਵੀਂ ਕਲੈਕਸ਼ਨ ਲੈ ਕੇ ਨਹੀਂ ਆਏ। ਕੱਲ੍ਹ ਵੀਰੇ ਮੈਂ ਸੂਟ ਨਹੀਂ ਸੀ ਲੈ ਗਏ ਕਿਉਂਕਿ ਮੈਂ ਥੋੜ੍ਹੀ ਜਿਹੀ ਬਿਜ਼ੀ ਸੀਗੀ, ਆਪਣੇ ਭੈਣਾਂ ਨੇ ਜਿਹੜੇ ਸੂਟ ਸਟਿਚ ਵਗੈਰਾ ਕਰਨੇ ਦਿੱਤੇ ਸੀਗੇ ਆਪਾਂ ਨੂੰ, ਅਤੇ ਉਹਨਾਂ ਦੇ ਦੁਪੱਟੇ ਕਲਰ ਕਰਵਾਉਣੇ ਸੀਗੇ, ਤਾਂ ਕਰਕੇ ਮੈਂ ਥੋੜ੍ਹੀ ਬਿਜ਼ੀ ਸੀਗੀ ਅਤੇ ਇੱਕ ਆਪਣੀ ਕਲੈਕਸ਼ਨ ਵੀ ਨਹੀਂ ਆਈ ਸੀ ਜਿਹੜੀ ਆਪਾਂ ਮੰਗਵਾਈ ਵੀ ਸੀਗੀ। ਫਿਰ ਮੈਂ ਸੋਚਿਆ ਵੀ ਜਦੋਂ ਆਪਣੀ ਕਲੈਕਸ਼ਨ ਆਜੂ ਆਪਾਂ ਉਹਦੀ ਵਲੌਗ ਸ਼ੂਟ ਕਰਾਂਗੇ, ਅਤੇ ਆਪਾਂ ਕਲੈਕਸ਼ਨ ਉੱਦਾਂ ਦੀ ਮੰਗਵਾਈ ਹੈ ਜਿੱਦਾਂ ਦੀ ਮਤਲਬ ਤੁਹਾਡਾ ਟੇਸਟ ਆ, ਜਿੱਦਾਂ ਚਿਕਨ ਦੀ ਬੋਟਮ ਨਾਲ ਸਾਰੀਆਂ ਭੈਣਾਂ ਬਹੁਤ ਜ਼ਿਆਦਾ ਪਸੰਦ ਕਰਦੀਆਂ, ਆਪਾਂ ਉੱਦਾਂ ਦੇ ਮੰਗਵਾਏ ਹੈ ਨਾ। ਅਤੇ ਇੱਕ ਮੈਂ ਮੋਸਟ ਮਤਲਬ ਸਾਰਿਆਂ ਦੀ ਡਿਮਾਂਡ ਸੀਗੀ ਵੀ ਮਤਲਬ ਇੱਕ ਨਾਲ ਦੇ ਦੋ ਦੋ ਸੂਟ ਲੈ ਕੇ ਆਏ ਹੋ, ਹੈ ਨਾ, ਵੀ ਕਈ ਵਾਰੀ ਇੱਕ ਸੇਲ ਹੋ ਜਾਂਦਾ, ਫਿਰ ਇੱਕ ਬੰਦੇ ਨੇ ਉਹੀ ਫੋਟੋ ਭੇਜੀ ਹੁੰਦੀ ਹੈ, ਮੈਨੂੰ ਆ ਜਾਂਦਾ ਵੀ ਚੱਲ ਦੋ ਜਣਿਆਂ ਨੂੰ ਤਾਂ ਸੈਟਿਸਫੈਕਸ਼ਨ ਹੋਵੇ ਵੀ ਮੈਨੂੰ ਉਹ ਸੂਟ ਮਿਲ ਗਿਆ, ਹੈ ਨਾ, ਤਾਂ ਕਰਕੇ ਮੈਨੂੰ ਲੱਗਦਾ ਮੈਂ ਮੋਸਟ ਆਫ ਦ ਸੂਟ ਆ ਜਿਹੜੇ ਉਹ ਦੋ ਦੋ ਲੈ ਕੇ ਆਈ ਹਾਂ। ਠੀਕ ਹੈ, ਅਤੇ ਚਲੋ ਆਪਾਂ ਹੁਣ ਬਾਹਲਾ ਟਾਈਮ ਨਾ ਬਰਬਾਦ ਕਰਦੇ ਹੋਏ ਤਾਂ ਆਪਾਂ ਕਰਦੇ ਹਾਂ ਆਪਣੇ ਵਲੌਗ ਨੂੰ ਕੰਟੀਨਿਊ। ਅਤੇ ਹੁਣ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਆਸ ਕੈਮਰਿਕ ਕਾਟਨ ਦਾ ਸੂਟ ਆ ਇਹ, ਠੀਕ ਹੈ। ਇਹਦਾ ਪ੍ਰਾਈਸ ਰਹੂਗਾ 850, ਵਾਈਟ ਕਲਰ ਦੀ ਇਹਦੇ ਨਾਲ ਬੋਟਮ ਆ, ਤੇ ਆ ਪਿਸਤਾ ਜਿਹਾ ਕਲਰ, ਹੁਣ ਪਿਸਤਾ ਕਲਰ ਹੀ ਕਹਿ ਸਕਦੇ ਹਾਂ ਇਹਨੂੰ, ਬਹੁਤ ਸੋਹਣਾ ਲੱਗਦਾ ਹੈ ਗਰਮੀਆਂ 'ਚ ਕਲਰ। ਇਹ ਅਮਨਿੰਦਰ ਨੇ ਸਿਲੈਕਟ ਕੀਤਾ ਸੀ, ਦੇਖੋ, ਠੀਕ ਹੈ, ਲੈ ਲਓ ਸਕਰੀਨਸ਼ਾਟ, ਲੈ ਲਓ ਸਕਰੀਨਸ਼ਾਟ। ਸਭ ਤੋਂ ਪਹਿਲਾ ਸੂਟ ਆਪਣਾ ਇਹ ਆ, ਇਹ ਹੈਗਾ 850 ਦਾ ਕੈਮਰੀ ਕਾਟਨ। ਉਸ ਤੋਂ ਅੱਗੇ ਜੇ ਕਿਸੇ ਨੇ ਆਪਣੀ ਮੰਮੀ ਨੂੰ ਗਿਫਟ ਕਰਨਾ ਮਦਰਸ ਡੇ 'ਤੇ, ਮੈਂ ਉਹ ਸੋਚ ਕੇ ਹੈ ਨਾ ਆਹ ਮੰਗਵਾਇਆ ਸੀਗਾ ਆਪਣਾ ਸੂਟ, ਦੇਖੋ ਕੈਮਰੀ ਕਾਟਨ ਹੀ ਇਹ ਆ। ਆ ਇਹਦੀ ਬੋਟਮ ਆ, ਆ ਇਹਦੀ ਹੈਗੀ ਸ਼ਰਟ। ਇਹ ਸੂਟ ਵੀ ਆਪਾਂ ਨੂੰ ਪਊਗਾ 850 ਦਾ, ਠੀਕ ਹੈ, ਲੈ ਲਓ ਸਕਰੀਨ ਸ਼ਾਟ। ਅਤੇ ਉਸ ਤੋਂ ਬਾਅਦ ਆਪਣਾ ਆਹ ਸੂਟ ਆ, ਇਹ ਸੂਟ ਆਪਣੇ ਪਹਿਲਾਂ ਸੇਲ ਹੋ ਗਏ ਸੀ, 3-4 ਸੂਟ ਨਾ ਆਪਣੇ ਸੇਲ ਹੋ ਗਏ ਸੀ, ਬਟ ਬਾਹਲੀਆਂ ਭੈਣਾਂ ਦੇ ਮੈਨੂੰ ਮੈਸੇਜ ਆਈ ਜਾਂਦੇ ਸੀ ਕਿ ਕਹਿੰਦੇ ਕਿ ਵੀ ਤੁਸੀਂ ਇਹ ਰੀਸਟੋਕ ਕਰਾਓ, ਫਿਰ ਮੈਨੂੰ ਜਿਹੜੇ ਜਿਹੜੇ ਉੱਥੇ ਮਿਲ ਗਏ ਅਤੇ ਆਪਾਂ ਮੰਗਵਾ ਲਏ। ਆਹ ਆਪਣੀ ਹੈਗੀ ਕ੍ਰੀਮ ਕਲਰ ਦੀ ਬੋਟਮ ਹੈ, ਕੈਮਰਿਕ ਕਾਟਨ ਦੀ ਬੋਟਮ ਹੈ, ਅਤੇ ਆਹ ਹੈਗੀ ਆਪਣੀ ਗਾਜਰੀ ਜਿਹਾ ਸ਼ੇਡ ਕਹਿ ਸਕਦੇ, ਪੀਚ ਵੀ ਨਹੀਂ ਕਹਿ ਸਕਦੇ, ਹੈ ਨਾ, ਡਾਰਕ ਜਿਹਾ ਪੀਚ ਆ। ਇਹ ਆ ਦੇਖੋ ਆਪਣੇ ਵੀਡੀਓ 'ਚ ਰੈੱਡ ਆਈ ਜਾਂਦਾ, ਨਹੀਂ ਇਹ ਰੈੱਡ ਨਹੀਂ ਹੈਗਾ, ਪਿੰਕੀ ਜੀ ਟੋਨ ਹੈ ਇਹਦੀ। ਅਤੇ ਇਹ ਹੈਗਾ ਆਪਣਾ 850 ਦਾ। ਉਸ ਤੋਂ ਬਾਅਦ ਮੋਸਟ ਅਤੇ ਮੋਸਟ ਫੇਵਰੇਟ ਸੂਟ ਆ ਆਹ ਦੇਖੋ, ਜਿਹੜੀ ਇਹਦੀ ਬੋਟਮ ਆ, ਇਹ ਆਪਣੇ ਕੋਲ ਜਿਹੜੇ ਆਲਮੋਸਟ ਸੂਟ ਆ ਉਹ ਕੈਮਰੀ ਕਾਟਨ ਦੇ ਹੀ ਆ, ਠੀਕ ਹੈ, ਜਿਹੜੀ ਆਪਣੀ ਬੋਟਮ ਆ ਉਹ ਵੀ ਕੈਮਰੀ ਕਾਟਨ ਦੀ ਹੈ, ਅਤੇ ਬਾਕੀ ਆਪਣੀਆਂ ਜਿਹੜੀ ਬੋਟਮ ਆ ਉਹ ਚਿਕਨ ਦੀਆਂ ਨੇ। ਆਹ ਵੀ ਆਪਣੀ ਬੋਟਮ ਹੈਗੀ ਕੈਮਰੀ ਕਾਟਨ ਦੀ, ਗਰਮੀਆਂ 'ਚ ਇਹ ਕੁਛ ਚੱਲਦਾ। ਆਹ ਹੈਗੀ ਬੋਟਮ, ਆਹ ਹੈਗੀ ਆ ਸ਼ਰਟ। ਇਹ ਆਪਣੇ ਕੋਲ ਦੋ ਸੂਟ ਆ, ਇਹਦਾ ਪ੍ਰਾਈਸ ਰਹੂਗਾ 850। ਇਹਦਾ ਕਲਰ ਜਮਾ ਸੇਮ ਉਹਦੇ ਨਾਲ ਦਾ ਜਿਹੜਾ ਮਤਲਬ ਪਿੰਕ ਜਿਹੀਆਂ ਡਾਟਸ ਦੇਖਦੀਆਂ ਪਈਆਂ ਸੂਟ 'ਚ, ਇਹ ਵੀਡੀਓ 'ਚ ਹੋ ਰਹੀ ਆ, ਆ ਜਮਾ ਸੇਮ ਕਲਰ ਆ। ਇਹ ਆਪਣੇ ਕੋਲ ਦੋ ਸੂਟ ਆ, ਜਿਹਨਾਂ ਜਿਹਨਾਂ ਨੇ ਲੈਣਾ ਤੇ ਕਰੋ ਆਪਣਾ ਆਰਡਰ, ਵੀ ਨੀਚੇ ਰੱਖ ਦਿਓ, ਠੀਕ ਹੈ। ਇਹ ਆਪਣੇ ਕੋਲ ਦੋ ਸੂਟ ਆ। ਇੱਕ ਭੈਣ ਦੀ ਮੈਨੂੰ ਆਈ ਸੀਗੀ ਵੀ ਤੁਸੀਂ ਮੈਨੂੰ ਬਲੈਕ ਐਂਡ ਵਾਈਟ ਸੂਟ ਲਿਆ ਕੇ ਦਿਓ, ਹੈ ਨਾ, ਅਤੇ ਹੁਣ ਤੁਸੀਂ ਜੇ ਭੈਣੇ ਵਲੌਗ ਦੇਖਦੇ ਹੋ ਤਾਂ ਦੇਖੋ ਅਤੇ ਲਓ ਸਕਰੀਨਸ਼ਾਟ, ਆਪਾਂ ਬਲੈਕ ਐਂਡ ਵਾਈਟ ਵੀ ਲਿਆ। ਇਹ ਸੂਟ ਦਾ ਪ੍ਰਾਈਸ ਵੀ ਰਹੂਗਾ 850। ਉਸ ਤੋਂ ਬਾਅਦ ਆਪਣਾ ਨੈਕਸਟ ਸੂਟ ਸੀ, ਆ ਬੂਟੀਆਂ ਵਾਲੇ ਸੂਟ ਆਪਣੇ ਇਹਦੇ ਨਾਲ ਦੇ ਸੇਮ ਲਿਆਏ ਸੀਗੇ, ਹੈ ਨਾ, ਅਤੇ ਇੱਕ ਮੈਨੂੰ ਦਾ ਕ੍ਰੀਮ ਜਿਹਾ ਕਲਰ ਦੀ ਟੋਨ 'ਚ ਸੀਗਾ, ਉਹ ਦੋਨੇ ਆਪਣੇ ਸੇਲ ਹੋ ਗਏ, ਅਤੇ ਮੈਨੂੰ ਆਹ ਸੂਟ ਮਤਲਬ ਉੱਥੇ ਦੂਸਰਾ ਵਧੀਆ ਲੱਗਿਆ ਪਿੱਕ, ਫਿਰ ਮੈਂ ਆਹ ਵੀ ਮੰਗਵਾਇਆ। ਬਟ ਇਹਦਾ ਪ੍ਰਾਈਸ ਹੈਗਾ 1000, ਓਨਲੀ ਇਹ ਸੂਟ ਆ ਜਿਹੜਾ ਆਪਣਾ 1000 ਦਾ, ਬਾਕੀ ਸਾਰੇ ਸੂਟ ਆਪਣੇ ਜਿਹੜੇ ਹੁਣ ਤੱਕ ਮੈਂ ਦਿਖਾਏ ਉਹ 850 ਦੇ।
ਤੇ ਆ ਭੈਣਾਂ ਦੀ ਬਹੁਤ ਡਿਮਾਂਡ ਆਈ ਜਾਂਦੀ ਸੀ, ਇਹ ਇੱਕ ਭੈਣਾਂ ਨੇ ਮੰਗਵਾਇਆ ਬੋਝਣੀਆਂ ਨੇ, ਤੇ ਉਹ ਕਹਿੰਦੇ ਸੀ ਦੀਦੀ ਇੱਕ ਸੂਟ ਹੋਰ ਲੈ ਕੇ ਆਓ ਵੀ ਜਿਹੜੇ ਮਤਲਬ ਸੇਮ ਸੇਮ ਤੁਸੀਂ ਮੰਗਵਾਏ ਸੀ ਪਹਿਲਾਂ, ਤਾਂ ਫਿਰ ਮੈਂ ਸੋਚਿਆ ਮੈਂ ਕਿਹਾ ਚੱਲ ਆ ਵੀ ਮੰਗਵਾ ਲੈਂਦੇ ਹਾਂ ਆਪਾਂ। ਇਸ ਵਾਰ ਇਹਨਾਂ ਦੇ ਪ੍ਰਾਈਸ ਘੱਟ ਗਏ ਆ, ਹੁਣ ਇਹਨਾਂ ਦੇ ਪ੍ਰਾਈਸ ਹੈਗੇ ਆ 850। ਠੀਕ ਹੈ, ਜਿਹੜੀਆਂ ਭੈਣਾਂ ਨੇ ਲੈਣੇ ਹੋਏ ਦੋਨੇ ਸੇਮ ਸੂਟ ਤੁਸੀਂ ਲੈ ਸਕਦੇ ਹੋ, ਜੇ ਇੱਕ ਇੱਕ ਵੀ ਲੈਣਾ ਤਾਂ ਵੀ ਲੈ ਸਕਦੇ ਹੋ। ਠੀਕ ਹੈ, ਆਹ ਇਹਦੀ ਬੋਟਮ ਆ ਤੇ ਆਹ ਸੇਮ ਹੀ ਆ ਮਤਲਬ। ਉਸ ਤੋਂ ਬਾਅਦ ਆਪਣੇ ਸੂਟ ਆ ਗਏ ਮਹਿੰਦੀ ਕਲਰ 'ਚ, ਆਹ ਮੈਂ ਲੱਗਦਾ ਆਹ ਕਲਰ ਆਪਾਂ ਹਜੇ ਤੱਕ ਸੇਲ ਹੀ ਕੀਤਾ, ਫਸਟ ਟਾਈਮ ਮੰਗਵਾਇਆ ਆਪਾਂ। ਦੇਖੋ ਆ ਹੈਗੀ ਕੈਮਰੀ ਕਾਟਨ ਦੀ ਬੋਟਮ ਤੇ ਆਹ ਹੈਗੀ ਹੈ ਕਾਟਨ ਦੀ ਸ਼ਰਟ, ਪ੍ਰਿੰਟ ਬਹੁਤ ਸੋਹਣਾ ਇਹਦਾ। ਇਹਦਾ ਪ੍ਰਾਈਸ ਵੀ ਰਹੂਗਾ 850। ਇਹਦੇ 'ਚ ਆਪਣੇ ਕੋਲ ਦੋ ਸੂਟ ਹੈ, ਜਿਨ੍ਹਾਂ ਨੇ ਸੇਮ ਮੰਗਵਾਉਣਾ ਸੇਮ ਵੀ ਮੰਗਵਾ ਸਕਦੇ ਹੋ, ਜੇ ਸਿੰਗਲ ਪੀਸ ਮੰਗਵਾਉਣਾ ਸਿੰਗਲ ਪੀਸ ਵੀ ਮੰਗਵਾ ਸਕਦੇ। ਠੀਕ ਹੈ, ਹਾਂਜੀ, ਅਤੇ ਹੁਣ ਆਪਣੇ ਕੋਲ ਜਿਹੜਾ ਇੱਕ ਚੈੱਕ ਵਾਲਾ ਪ੍ਰਿੰਟ ਆਇਆ, ਤੁਸੀਂ ਇਹਦੇ 'ਤੇ ਲੈਸ ਲਵਾ ਕੇ ਵੀ ਬਣਵਾ ਸਕਦੇ ਹੋ, ਚਾਹੇ ਤੁਸੀਂ ਵਰਕ ਕਰਵਾਉਣਾ ਵਰਕ ਵੀ ਕਰਵਾ ਸਕਦੇ ਹੋ, ਉਹ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਕਿੱਦਾਂ ਮਰਜ਼ੀ ਇਹਨੂੰ ਰੈਡੀ ਕਰਵਾ ਸਕਦੇ ਹੋ ਸੂਟ ਨੂੰ। ਅਤੇ ਇਹਦਾ ਦੇਖੋ ਬੜਾ ਵਧੀਆ ਕੱਪੜਾ ਹੈ, ਇੱਥੇ ਸਾਰੇ ਕਲਰ ਰੱਖਦੇ ਵੀ ਆਪਾਂ। ਹਾਂ, ਇਹ ਆਪਣਾ ਰਹੂਗਾ 850 ਦਾ ਸੂਟ ਹੈ, ਇਹਦੇ 'ਚ ਆਹ ਕਲਰ ਹੈ, ਸੈਕਿੰਡ ਵਨ, ਥਰਡ ਵਨ, ਫੋਰਥ ਵਨ, ਫਿਫਥ ਵਨ। ਠੀਕ ਹੈ, ਜਿਨ੍ਹਾਂ ਜਿਨ੍ਹਾਂ ਨੇ ਬਾਏ ਕਰਨੇ ਆ ਤੁਸੀਂ ਆਪਣਾ ਸਕਰੀਨਸ਼ਾਟ ਲਓ ਅਤੇ ਮੈਨੂੰ ਸੈਂਡ ਕਰੋ ਅਤੇ ਆਪਾਂ ਫਟਾਫਟ ਆਪਣੇ ਔਡਰ ਜਿਹੜੇ ਤੁਸੀਂ ਬੁੱਕ ਕਰੋ ਮੇਰੇ ਕੋਲ। ਠੀਕ ਹੈ, ਉਸ ਤੋਂ ਬਾਅਦ ਆਪਾਂ ਇੱਧਰੋਂ ਚਿਕਨ ਦੀ ਬੋਟਮ ਨਾਲ ਜਿਹੜੀਆਂ ਸ਼ਰਟਾਂ ਨੇ ਉਹ ਸਟਾਰਟ ਕਰਦੇ ਹਾਂ। ਹੁਣ ਤੱਕ ਜਿਹੜੇ ਮੈਂ ਤੁਹਾਨੂੰ ਸੂਟ ਦਿਖਾ ਰਿਹਾ ਉਹਨਾਂ ਦਾ ਸਾਰਿਆਂ ਦਾ ਪ੍ਰਾਈਸ 850 ਆ, ਬਸ ਇੱਕ ਜਿਹੜਾ ਬੂਟੀਆਂ ਵਾਲਾ ਸੂਟ ਹੈ ਉਹ ਮੈਂ ਤੁਹਾਨੂੰ ਦਿਖਾਇਆ ਸੀ ਹੁਣ, ਹੈ ਨਾ, ਸਿਰਫ ਉਹਦਾ ਪ੍ਰਾਈਸ ਹੈਗਾ 1000। ਅਤੇ ਹੁਣ ਆਪਾਂ ਕਰਦੇ ਹਾਂ ਸਟਾਰਟ ਆਪਣੇ ਚਿਕਨ ਵਾਲੀ ਬੋਟਮ ਵਾਲੇ। ਆ ਹੈਗੇ ਵਾਈਟ ਕਲਰ ਦੀ ਚਿਕਨ ਦੀ ਬੋਟਮ, ਇਹ ਆਪਣੇ ਕੋਲ ਪ੍ਰਿੰਟ ਨਾ ਪਹਿਲਾਂ ਵੀ ਆਏ ਸੀਗੇ, ਵੈਸੇ ਤਾਂ ਸਾਰੀਆਂ ਭੈਣਾਂ ਨੂੰ ਯਾਦ ਹੀ ਹੋਣਾ, ਅਤੇ ਆਪਣੇ ਸੇਲ ਹੋ ਗਏ। ਅਤੇ ਆ ਮੇਰੇ ਕੋਲ ਦੋ ਸ਼ਰਟਾਂ, ਇੱਕ ਬੋਟਮ ਆ, ਬਾਕੀ ਜੇ ਕਿਸੇ ਨੂੰ ਨੀਡ ਹੋਈ ਤਾਂ ਆਪਾਂ ਸ਼ਰਟ ਮੰਗਾ ਬੋਟਮ ਮੰਗਵਾ ਲਵਾਂਗੇ। ਅਤੇ ਇਹ ਆਪਣਾ ਹੈਗਾ, ਇਹਦਾ ਪ੍ਰਾਈਸ ਹੈਗਾ 1150। ਹਾਂਜੀ, ਅਤੇ ਆਪਾਂ ਆਹ ਸੂਟ ਮੈਂ ਤੁਹਾਨੂੰ ਦੱਸਿਆ ਵੀ ਸਾਰੇ ਸੂਟ ਮੈਂ ਦੋ ਦੋ ਮੰਗਵਾਏ ਆ। ਆਹ ਦੇਖੋ ਆਹ ਆਲਮੋਸਟ ਇੱਧਰ ਮੈਚ ਕਰਦਾ ਨਾ ਅੰਦਰ ਬੂਟੀਆਂ ਹੀ। ਅਤੇ ਆਹ ਹੈਗੀ ਚਿਕਨ ਦੀ ਬੋਟਮ, ਬਟ ਇਹ ਚਿਕਨ ਦੀ ਬੋਟਮ ਉਹ ਵਾਲੀ ਹੈ ਜਿਹੜੀ ਸਾਰੀ ਚਿਕਨ ਦੀ ਆ। ਆਹ ਵੈਸੇ ਉਹ ਦੇਖ ਲਓ, ਆਹ ਹੋਣੀ ਹੈਗਾ ਸੈਲਫੀ ਆ। ਹਾਂ, ਆਹ ਵਾਲੀ ਚਿਕਨ ਦੀ ਬੋਟਮ ਆ, ਅਤੇ ਆਹ ਹੈਗੀ ਇਹਦੇ ਨਾਲ ਸ਼ਰਟ। ਇਹਦਾ ਪ੍ਰਾਈਸ ਵੀ ਰਹੂਗਾ 1150। ਇਹਦੇ ਨਾਲ ਦੇ ਆਪਾਂ ਦੋ ਸੂਟ ਮੰਗਵਾਏ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਕਿ ਮੋਸਟ ਮੋਸਟ ਫੇਵਰੇਟ ਆ ਅਤੇ ਮੇਰੇ ਹਿਸਾਬ ਨਾਲ ਇਹ ਸਾਰਿਆਂ ਨੂੰ ਜ਼ਿਆਦਾ ਬਹੁਤ ਜ਼ਿਆਦਾ ਸੋਹਣਾ ਲੱਗੂਗਾ, ਲਾਈਫ ਚੱਲ ਗਈ ਆ। ਹਾਂਜੀ, ਅਤੇ ਜਿਹੜਾ ਇਹ ਬੋਟਮ ਆ, ਇਹ ਬੋਟਮ ਦੇ ਨਾਲ ਤਾਂ ਆਪਣੇ ਪਹਿਲਾਂ ਜਿਹੜੀਆਂ ਓਰਿਜਨਲ ਦੀਆਂ ਸ਼ਰਟਾਂ ਹੈ ਨਾ ਉਹ ਬਹੁਤ ਸੇਲ ਹੋਇਆ ਸੀ ਸੂਟ ਆਪਣਾ। ਅਤੇ ਆਹ ਦੇਖੋ, ਇਹ ਹੈਗੀ ਬੋਟਮ ਇਹਦੀ, ਆਹ ਹੈਗੀ ਇਹਦੀ ਸ਼ਰਟ, ਇਹ ਰਾਜਸਥਾਨੀ ਪ੍ਰਿੰਟ ਦੇ ਨਹੀਂ ਕਹਿੰਦੇ ਹੁੰਦੇ ਹੈ ਨਾ, ਇਹ ਆਪਣੇ ਕੋਲ। ਇਹਦਾ ਪ੍ਰਾਈਸ ਰਹੂਗਾ 1150। ਇਹਦੇ ਨਾਲ ਦੇ ਆਪਣੇ ਕੋਲ ਦੋ ਸੂਟ। ਠੀਕ ਹੈ, ਲੈ ਲਓ ਸਕਰੀਨਸ਼ੋਟ ਅਤੇ ਕਰੋ ਮੈਨੂੰ ਸੈਂਡ, ਅਤੇ ਜਲਦੀ ਜਲਦੀ ਆਪਣਾ ਔਡਰ ਹੈਗਾ ਜਿਹੜਾ ਪਲੀਸ। ਆਹ ਵਾਈਟ ਬੋਟਮ ਨਾਲ, ਆਹ ਹੈਗੀ ਆਪਣੀ ਵਾਈਟ ਬੋਟਮ, ਗਰਮੀਆਂ ਚਾਹੇ ਕੁਛ ਜ਼ਿਆਦਾ ਚੱਲਦਾ। ਹਾਂ, ਫਿਰ ਜਿੱਦਾਂ ਮੇਰੇ ਮਤਲਬ ਜਿੱਦਾਂ ਮੇਰੇ ਹੈ ਨਾ ਸੇਲ ਹੁੰਦੇ ਆ ਸੂਟ, ਆਪਾਂ ਉਸ ਅਕੋਰਡਿੰਗ ਹੀ ਲੈ ਕੇ ਆਉਂਦੇ। ਜੇ ਹੁਣ ਮੇਰੇ ਦੂਸਰੇ ਮਤਲਬ ਜਿਹੜੀ ਆਪਾਂ ਮੈਚਿੰਗ ਸਲਵਾਰਾਂ ਲੈਂਦੇ ਹਾਂ, ਜੇ ਉਹ ਜ਼ਿਆਦਾ ਸੇਲ ਹੋਣ ਫਿਰ ਆਪਾਂ ਉਹ 'ਚ ਮੰਗਵਾ ਲਈ, ਬਟ ਮੈਨੂੰ ਲੱਗਦਾ ਵੀ ਆਹ ਜ਼ਿਆਦਾ ਗਰਮੀਆਂ 'ਚ ਕੰਫਰਟੇਬਲ ਰਹਿੰਦੇ ਆ ਅਤੇ ਵਧੀਆ ਵੀ ਲੱਗਦੇ ਆ, ਹੈ ਨਾ,
ਤਾਂ ਕਰਕੇ ਫਿਰ ਆਪਾਂ ਕੋਈ ਨਾ ਉਹ ਦੂਜੇ ਵੀ ਲੈ ਕੇ ਆਵਾਂਗੇ। ਹਾਂ ਉਹ ਬਸ ਇੱਕ ਵਾਰੀ ਆਪਾਂ ਆਹ ਕਲੈਕਸ਼ਨ ਦਿਖਾ ਦੀ ਫਿਰ ਨੈਕਸਟ ਟਾਈਮ ਉਹ ਵੀ ਲੈ ਕੇ ਆਵਾਂਗੇ ਆਪਾਂ। ਤੇ ਆਹ ਹੈਗੀ ਆਪਣੀ ਬੋਟਮ, ਆਹ ਹੈਗੀ ਸ਼ਰਟ, ਬਹੁਤ ਸੋਹਣਾ ਪ੍ਰਿੰਟ ਹੈ ਇਹਦਾ, ਕਿੱਦਾਂ ਮਰਜ਼ੀ ਡਿਜ਼ਾਈਨ ਕਰਵਾ ਸਕਦੇ ਤੁਸੀਂ। ਇਹ ਨਾ ਵੀਡੀਓ 'ਚ ਹੋ ਰਿਹਾ ਰਿਹਾ, ਔਰੇਂਜ ਸ਼ੇਡ ਨਹੀਂ ਹੁੰਦਾ ਉਹ ਵਾਲਾ ਵੀਡੀਓ 'ਚ ਹੋ ਰਿਹਾ ਰਿਹਾ। ਵੀਡੀਓ 'ਚ ਬਹੁਤ ਹੋ ਰਿਹਾ ਰਿਹਾ। ਅਤੇ ਇਹ ਇਹਦਾ ਪ੍ਰਾਈਸ ਰਹੂਗਾ ਜੇ ਕਿਸੇ ਨੂੰ ਚਾਹੀਦਾ ਹੋਇਆ, ਮਤਲਬ ਆਪਾਂ ਫੋਟੋ ਖਿੱਚ ਲਵਾਂਗੇ ਬਾਹਰ ਤਾਂ ਵੀ ਆਹ ਅੰਦਰ ਲਾਈਟਸ ਵਗੈਰਾ ਹੋਰ ਪੈਂਦੀਆਂ। ਹਾਂ ਅਤੇ ਇਹਦਾ ਪ੍ਰਾਈਸ ਰਹੂਗਾ 1350। ਇਹਦੇ ਨਾਲ ਦੇ ਆਪਣੇ ਕੋਲ ਹੈਗੇ ਆ ਦੋ ਪੀਸ ਹੈ, ਤੁਸੀਂ ਆਪਣਾ ਜਲਦੀ ਜਲਦੀ ਔਡਰ ਹੈਗਾ ਪਲੇਸ ਕਰੋ। ਅਤੇ ਆਹ ਆਪਣੇ ਕੋਲ ਲਾਸਟ ਹੀ ਹੈ ਨਾ, ਲਾਸਟ ਇੱਕ ਹੋਰ ਪਿਆ ਆਪਣੇ ਕੋਲ। ਆਹ ਆਪਣੇ ਕੋਲ ਬੋਟਮ ਹੈਗੀ ਹੈ ਕਰੀਮ ਕਲਰ ਦੀ, ਇਹਦੇ ਨਾਲ ਜਿਹੜੀ ਸ਼ਰਟ ਆ ਉਹ ਐਨਕੀ ਚੇਂਜ ਹੋ ਗਈ ਹੈ, ਦੇਖੋ ਬੜੀ ਜ਼ਿਆਦਾ ਵਧੀਆ ਲੱਗਦੀ ਹੈ ਸ਼ਰਟ ਅੰਦਰ ਹੈ ਨਾ। ਇੱਕ ਭੈਣ ਨੇ ਆਲਰੇਡੀ ਮੈਥੋਂ ਇਹ ਸੂਟ ਲੈ ਲਿਆ ਅਤੇ ਫਿਰ ਮੈਂ ਅੱਜ ਵੀ ਮੰਗਵਾ ਲਿਆ, ਦੇਖੋ ਠੀਕ ਹੈ। ਇਹਦਾ ਪ੍ਰਾਈਸ ਵੀ ਰਹੂਗਾ 1150। ਅਤੇ ਇਹਦੇ ਨਾਲ ਦੇ ਆਪਣੇ ਕੋਲ ਦੋ ਸੂਟ, ਸਾਰੀ ਕਲੈਕਸ਼ਨ ਵਧੀਆ ਮੇਰੇ ਅਕੋਰਡਿੰਗ ਦਾ, ਕਿਉਂਕਿ ਮੈਨੂੰ ਜਿਹੜੀ ਆਪਾਂ ਨੂੰ ਵਧੀਆ ਲੱਗਦੀ ਹੈ ਨਾ, ਮੈਂ ਆਪਦੇ ਅਕੋਰਡਿੰਗ ਉਸ ਆਪਾਂ ਚੀਜ਼ ਨੂੰ ਮੰਗਵਾਉਣੇ ਆ। ਅਤੇ ਅਮਰਿੰਦਰ ਨੂੰ ਵੀ ਸਾਰੇ ਸੂਟ ਬਹੁਤ ਸੋਹਣੇ ਲੱਗੇ। ਅਤੇ ਬਾਕੀ ਰਹੀ ਗੱਲ ਜਿਹੜੇ ਜਿਹੜੇ ਸੂਟ ਤੁਹਾਨੂੰ ਪਸੰਦ ਆ ਜਲਦੀ ਜਲਦੀ ਸਕਰੀਨਸ਼ੋਟ ਭੇਜੋ, ਜਿਵੇਂ ਜਿਵੇਂ ਤੁਸੀਂ ਵਲੌਗ ਦੇਖੀ ਜਾਂਦੇ ਹੋ ਉਵੇਂ ਉਵੇਂ ਸਕਰੀਨਸ਼ੋਟ ਲੈ ਕੇ ਰੱਖ ਲਿਆ ਕਰੋ ਅਤੇ ਮੈਨੂੰ ਪਿਕ ਸੈਂਡ ਕਰ ਦਿਆ ਕਰੋ, ਤਾਂ ਕਿ ਜਿਹੜਾ ਮੈਂ ਤੁਹਾਡਾ ਔਡਰ ਹੈ ਨਾ ਉਹ ਜਲਦੀ ਬੁੱਕ ਕਰ ਸਕਾਂ। ਅਤੇ ਇੱਕ ਜਿਹੜੇ ਤੁਸੀਂ ਜਦੋਂ ਆਪਣਾ ਔਡਰ ਪਲੇਸ ਕਰਨਾ, ਜਦੋਂ ਤੁਸੀਂ ਮੈਨੂੰ ਫੋਟੋ ਭੇਜ ਦਿਓ ਤਾਂ ਤੁਸੀਂ ਆਪਣਾ ਐਡਰੈਸ ਵੀ ਭੇਜ ਦਿਆ ਕਰੋ ਤਾਂ ਕਿ ਮੈਂ ਤੁਹਾਨੂੰ ਸ਼ਿਪਿੰਗ ਚਾਰਜਿਸ ਦੱਸ ਸਕਾਂ। ਅਤੇ ਜਿਹੜਾ ਲਾਸਟ ਸੂਟ ਆਪਣਾ ਬਲੈਕ ਕਲਰ ਦਾ ਸੂਟ ਆ, ਇਹ ਭੈਣਾਂ ਦੀ ਬਹੁਤ ਡਿਮਾਂਡ ਆਈ ਸੀ ਬਟ ਮੈਂ ਇੱਕ ਹੀ ਲੈ ਕੇ ਆਈ ਹਾਂ। ਇਹ ਆਪਾਂ ਹੋਰ ਲੈ ਕੇ ਆਵਾਂਗੇ ਸੂਨ। ਆਹ ਬਲੈਕ ਕਲਰ ਦਾ ਅਤੇ ਆਹ ਇਹਦੀ ਹੈਗੀ ਸ਼ਰਟ, ਦੋ ਸੂਟ ਮੈਂ ਪਹਿਲਾਂ ਲੈ ਕੇ ਗਈ ਸੀ ਹੈ ਨਾ ਇਹ। ਅਤੇ ਅਤੇ ਇਹ ਸੀਗੀ ਅੱਜ ਦੀ ਆਪਣੀ ਕਲੈਕਸ਼ਨ, ਹੋਪਫੁਲੀ ਤੁਹਾਨੂੰ ਵਧੀਆ ਲੱਗੀ ਹੋਊ। ਜੇ ਵਧੀਆ ਲੱਗੀ ਤਾਂ ਜਲਦੀ ਜਲਦੀ ਜਾ ਕੇ ਆਪਣੇ ਔਡਰ ਆ ਜਿਹੜੇ ਪਲੇਸ ਕਰੋ ਅਤੇ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰੋ। ਕਈ ਆਪਾਂ ਨੂੰ ਭੈਣਾਂ ਨਾ ਆਪਾਂ ਨੂੰ ਯੂਟਿਊਬ ਦੇ ਥੱਲੇ ਕਮੈਂਟ ਕਰਦੇ ਵੀ ਅਸੀਂ ਸੂਟ ਔਡਰ ਕਰਨੇ ਅਤੇ ਕਿੱਦਾਂ ਕਰੀਏ। ਸੂਟ ਔਡਰ ਕਰਨੇ ਤੁਸੀਂ ਮੇਰੀ ਇੰਸਟਾਗ੍ਰਾਮ 'ਤੇ ਜਾਓ, ਵੀਰਪਾਲ ਕੌਰ ਬਰਾੜ 'ਤੇ ਜਾਓ ਅਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਸਕਰੀਨਸ਼ੋਟ। ਸਭ ਤੋਂ ਪਹਿਲਾਂ ਤੁਸੀਂ ਹੈਲੋ ਦੇ ਮੈਸੇਜ ਨਾਲੋਂ ਜਿਹੜਾ ਤੁਸੀਂ ਸਕਰੀਨਸ਼ੋਟ ਲਿੱਤਾ ਹੁੰਦਾ ਤੁਸੀਂ ਮੈਨੂੰ ਉਹ ਸੈਂਡ ਕਰੋ, ਫਿਰ ਮੈਂ ਤੁਹਾਨੂੰ ਮਤਲਬ ਪ੍ਰਾਈਸ ਤਾਂ ਆਪਾਂ ਇੱਥੇ ਮੈਂਸ਼ਨ ਕਰ ਦਿੰਦੇ ਹਾਂ, ਬਸ ਤੁਸੀਂ ਇਹ ਦੱਸੋ ਵੀ ਅਸੀਂ ਇਹ ਲੈਣਾ ਅਤੇ ਤੁਸੀਂ ਮੈਨੂੰ ਸ਼ਿਪਿੰਗ ਚਾਰਜਿਸ ਪੁੱਛ ਕੇ ਆਪਣੀ ਪੇਮੈਂਟ ਕਲੀਅਰ ਕਰ ਦਿਆ ਕਰੋ। ਅਤੇ ਜਿਹੜੇ ਮੈਨੂੰ ਯੂਟਿਊਬ ਦੇ ਥੱਲੇ ਕਮੈਂਟ ਕਰਦੇ ਹੋ ਦੀਦੀ ਅਸੀਂ ਇੱਥੇ ਵੀਰੇ ਮੈਂ ਇੱਥੇ ਆਪਣਾ ਕੰਟੈਕਟ ਨੰਬਰ ਨਹੀਂ ਸ਼ੇਅਰ ਕਰ ਸਕਦੀ, ਤਾਂ ਕਰਕੇ ਜ਼ਿਆਦਾ ਤੁਸੀਂ ਮੈਨੂੰ ਮੈਸੇਜ ਕਰੋ, ਮੈਂ ਤੁਹਾਨੂੰ ਮੇਲ ਦਿਉਂਗੀ, ਤੁਸੀਂ ਉਹਦੇ 'ਤੇ ਮੈਨੂੰ ਮੈਸੇਜ ਕਰ ਲਿਓ ਜਾਂ ਫਿਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਰ ਲਿਓ। ਬਸ ਇਹਦੇ ਨਾ ਵੈਸੇ ਸਾਰਿਆਂ ਨੂੰ ਮੇਰੀ ਕਲੈਕਸ਼ਨ ਵਧੀਆ ਲੱਗਦੀ ਹੈ, ਕਮੈਂਟ ਬਹੁਤ ਜ਼ਿਆਦਾ ਸੋਹਣੇ ਆਉਂਦੇ ਹੁੰਦੇ ਆਪਣੇ ਵਲੌਗ ਥੱਲੇ। ਅਤੇ ਹੋਪਫੁਲੀ ਅੱਜ ਦੀ ਕਲੈਕਸ਼ਨ ਵੀ ਵਧੀਆ ਲੱਗੀ ਹੋਈ, ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਔਡਰ ਆਪਣੇ ਔਡਰ ਪਲੇਸ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਜਿੰਨਾ ਭੈਣਾਂ ਨੇ ਸੂਟ ਵਗੈਰਾ ਲੈਣੇ ਆ ਹੈ ਨਾ, ਅਤੇ ਜਿਹੜੇ ਆਪਣੀ ਕਲੈਕਸ਼ਨ 'ਚੋਂ ਆਪਦੇ ਲਈ ਕੋਈ ਨਾ ਕੋਈ ਸੂਟ ਚੂਜ਼ ਕਰ ਲੈਣ। ਅਤੇ ਜਿਹਨਾਂ ਜਿਹਨਾਂ ਦੇ ਔਡਰ ਪਹੁੰਚੀ ਜਾਂਦੇ ਆ ਉਹ ਸਾਰੇ ਜਣੇ ਮੈਨੂੰ ਬਹੁਤ ਮਤਲਬ ਮੈਨੂੰ ਮੇਰੇ ਲਈ ਵੀ ਇਹ ਚੀਜ਼ ਵਧੀਆ ਵੀ ਉਹ ਮੈਨੂੰ ਕਹਿ ਰਹੇ ਦੀ ਫੈਬਰਿਕ ਵੀ ਬਹੁਤ ਵਧੀਆ, ਪ੍ਰਿੰਟ ਵੀ ਬਹੁਤ ਵਧੀਆ ਹੈ ਨਾ ਜਿਹਨਾਂ ਕੋਲ ਪਹੁੰਚੇ ਆ। ਅਤੇ ਹੋਪਫੁਲੀ ਅੱਜ ਦੀ ਵੀਡੀਓ ਵਧੀਆ ਲੱਗੀ ਹੋ, ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਨਵੀਆਂ ਨਵੀਆਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਨੂੰ ਕਰ ਲਓ ਪ੍ਰੈਸ। ਟਿਲ ਦੈਨ ਬਾਏ, ਟੇਕ ਕੇਅਰ, ਗੁੱਡ ਨਾਈਟ।